ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ਼੍ਰੀ ਅਕਾਲ, ਆ ਗਿਆ ਪੁੱਤ। ਹਾਂਜੀ, ਲੈ ਫੜ ਚਾਹ ਪੀ ਤੂੰ ਆਪ। ਲਿਓ ਜੀ, 3 ਕੱਪ ਚਾਹ ਦੇ, ਮਿੱਠਾ ਰੋਕ ਕੇ ਤੇ ਪੱਤੀ ਠੋਕ ਕੇ। ਬੱਲੀ ਚਾਹ ਪੀ ਤੂੰ, ਚੱਲ ਚਾਹ ਪੀ ਮੇਰਾ ਪੁੱਤ। ਓ ਬਾਈ, ਮਿੱਠਾ ਕਿਉਂ ਰੋਕਣਾ, ਪੈਸੇ ਪੂਰੇ ਦੇਣੇ ਤੋ ਮਿੱਠਾ ਵੀ ਠੋਕ ਕੇ, ਮਿੱਠਾ ਠੋਕ ਕੇ। ਆਂਟੀ ਜੀ, ਬੱਲੀ ਚੱਲ ਬੈਠ ਉੱਥੇ, ਚਾਹ ਪੀ। ਉਹ ਬਲੰਟ ਕੱਟ ਵਾਲੀ ਵੀ ਸਹੀ ਸੀ। ਓਏ ਉਹ ਮਾਲ ਛੱਡ, ਕਾਲਜ ਦੇ ਵਿੱਚ ਜਿਹੜੀ ਫਸਟ ਈਅਰ ਦੀ ਕੁੜੀ ਆਈ ਦੇਖੀ ਤੁਸੀਂ? ਉਹ ਲੈ, ਸਿਰਾ ਤਾਂ ਉਹ ਸੀ, ਤੋੜ ਤਾਂ ਉਹਨੇ ਚੱਕੇ ਹੋਇਆ ਕਾਲਜ ਦੇ ਵਿੱਚ। ਓਏ ਇੱਕਾ ਕਾਲਜ 'ਚ ਨਾ ਇਹੀ ਦਾਗ ਰਹਿ ਗਿਆ, ਜੇ ਕੰਟੀਨ ਦਾ ਠੇਕਾ ਨਾ ਕਿਸੇ ਚੱਕਵੀਂ ਜਨਾਨੀ ਨੂੰ ਦਿੱਤਾ ਹੋਵੇ। ਓਏ ਹੋਏ ਹੋਏ ਹੋਏ, ਗੱਲ ਹੀ ਹੋਰ ਹੈ। ਪੁੱਤ ਮਜਬੂਰੀਆਂ ਨਹੀਂ, ਕਿਹਦਾ ਜੀ ਕਰਦਾ ਇਸ ਉਮਰ ਚ ਕੰਮ ਕਰਨ ਨੂੰ। ਬਾਕੀ ਰਹੀ ਗੱਲ ਚੱਕਵੀਂ ਦੀ, ਪੁੱਤ ਮੇਰਿਆ, ਹਰ ਕਿਸੇ ਦੀ ਮਾਂ ਆਪਦੀ ਚੜ੍ਹਦੀ ਉਮਰ ਚ ਨਾ ਸੋਹਣੀ ਤੇ ਚੱਕਵੀਓ ਹੀ ਹੁੰਦੀ ਆ। ਜੇ ਨਹੀਂ ਯਕੀਨ ਆਉਂਦਾ ਨਾ, ਘਰੇ ਜਾ ਕੇ ਆਪਦੀ ਮਾਂ ਦੀ ਪੁਰਾਣੀ ਫੋਟੋ ਜ਼ਰੂਰ ਦੇਖ ਲਈ, ਚੰਗਾ? ਭੁੱਲੀ ਨਾ ਮੇਰਾ ਪੁੱਤ। ਆ ਕੀ ਪਾੜੀ ਬਾਲ ਕੇ ਦੇਤਾ ਤੈਨੂੰ, ਚਾੜੀ ਬਣਾਉਣੀ ਆਉਂਦੀ? ਤੁਹਾਨੂੰ ਵੱਡਿਆਂ ਨਾਲ ਗੱਲ ਕਰਨ ਦੀ ਤਮੀਜ਼ ਹੈ ਨੀ? ਉਸਤਾਦ, ਉਸਤਾਦ ਕੀ ਕਰੀਆ ਨਾ ਯਾਰ, ਰਹਿਣ ਦੇ ਉਸਤਾਦ, ਜਾਣ ਦੇ ਗਰੀਬਾਂ ਨੂੰ।